हाँ जी सत श्री अकाल जी सारिआं नूं। वधिया फार्म यूट्यूब चैनल ते तुहाडा स्वागत है जी। किसान वीर अज आपां पहुंचे हाँ जी पिंड मोतला, तहसील अजनाला ते जिला जिहड़ा अमृतसर पै जांदा। अज आग्यापाल वीर को आपां पहुंचे हाँ ते आग्यापाल वीर भी अज नगीना ही HF दा लिआया है। हवाना इहदे थले जिहड़ा गां थले बहुत सोहना जिहड़ा हवाना लगा। हवाने की क्वालिटी एक बार तुसीं देख सकदे जी, सोहना जिहड़ा हवाना बिल्कुल अज परफेक्ट जिहड़ी गां आग्यापाल वीर लिआया। रंग भी है बहुत सोहना, प्रिंट ते बहुत सोहना जिहड़ा इहदा कद काठ है। आओ हुण वीर नाल गल्लबात करदे हां ते उहनां तों पुछदे हां सारी डिटेल। हाँ जी वीर जी सत श्री अकाल जी। सत श्री अकाल वीर जी। सत श्री अकाल। होर सुनाओ की हाल चाल जी? ठीक ठाक, ठीक वधिया जी। ਇਹ ਆਪਣਾ ਨਾਮ ਬੋਲਦੇ ਹੋ ਇੱਕ ਵਾਰੀ? ਨਾਮ ਮੇਰਾ ਆਗਿਆਪਾਲ ਸਿੰਘ ਜੀ, ਪਿੰਡ ਮੋਤਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਆਗਿਆਪਾਲ ਜੀ ਹੁਣ ਤੁਹਾਨੂੰ ਫਿਰ ਬਹੁਤ ਲੋਕ ਪਿਆਰ ਕਰਦੇ ਆ ਹੁਣ। ਹਾਂਜੀ ਹਾਂਜੀ। ਕਾਰਨ ਕੀ ਹੈ ਇਹਦਾ ਫਿਰ? ਕਾਰਨ ਇਹੋ ਹੀ ਆ ਵੀ ਡੰਗਰ ਥੋੜਾ ਜਿਹਾ ਚੰਗਾ ਲਿਆਈਦਾ ਵਾ, ਦੇਖ ਕੇ ਸਾਫ਼ ਲਿਆਈਦਾ ਵਾ। ਠੀਕ ਹੈ। ਹਾਂਜੀ ਹਾਂਜੀ। ਅੱਜ ਤਾਂ ਫਿਰ ਹੀਰਾ ਹੀ ਬੰਨੀ ਫਿਰਦੇ ਜੀ। ਅੱਜ ਤਾਂ ਮਤਲਬ ਦੱਸਣ ਦੀ ਵੀ ਲੋੜ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਤੇ ਨਗੀਨਾ ਕੀ ਆ। ਠੀਕ ਹੈ। ਹਾਂਜੀ ਦੱਸੀਏ ਫਿਰ ਇਹਦੇ ਬਾਰੇ। ਹਾਂਜੀ ਕੋਈ ਨਹੀਂ, ਤੋਰ ਕੇ ਵਿਖਾਈਏ ਫੇਰ ਹੀ ਦੱਸਦੇ ਆ। ਅੱਛਾ ਪਹਿਲਾਂ ਤੋਰ ਕੇ ਵਿਖਾਉਣਾ ਤੇ ਫੇਰ ਹੀ ਦੱਸਣਾ ਵਾ। ਤੋਰੋ ਫਿਰ ਇੱਕ ਵਾਰੀ ਦੋਸਤੋ। ਜਿਹੜਾ ਜਿਹੜਾ ਇਹਦਾ ਰੰਗ ਰੂਪ ਆ ਬਹੁਤ ਸੋਹਣਾ, ਇਹਦਾ ਜਿਹੜਾ ਰੰਗ ਰੂਪ ਆ ਤੇ ਕੱਦ ਵੀ ਜਿਹੜਾ ਇਹਦਾ ਬੜਾ ਉੱਚਾ ਹੈ। ਸੂਆ ਤੁਹਾਨੂੰ ਇੱਕ ਵਾਰੀ ਪਹਿਲਾਂ ਦੱਸਦੀ, ਸੂਆ ਜਿਹੜਾ ਇਹਦਾ ਪਹਿਲਾਂ ਹੈ ਤੇ ਹਵਾਨੇ ਦੀ ਕੁਆਲਿਟੀ ਤੁਸੀਂ ਪਹਿਲੇ ਸੂਏ ਜਿਹੜੇ ਇਹਦੇ ਦੇਖ ਸਕਦੇ, ਥਣਾਂ ਦਾ ਗੈਪ ਤੁਸੀਂ ਦੇਖ ਸਕਦੇ। ਤੋਰ ਦੇ ਵੀਰ ਜੀ ਇੱਕ ਵਾਰੀ, ਕੱਦ ਕਾਠ ਤੁਸੀਂ ਵੀਰ ਦੀ ਹਾਈਟ ਤੋਂ ਅੰਦਾਜ਼ਾ ਲਗਾ ਸਕਦੇ ਜੇ। ਆਗਿਆਪਾਲ ਵੀਰ ਵੀ ਛੋਟਾ ਲੱਗਣ ਦਿਆ ਪਿਆ ਗਾਂ ਦੇ ਲਾਗੇ, ਆਹ ਦੇਖ ਸਕਦੇ ਤੁਸੀਂ। ਅੱਛਾ ਮੂੰਹ ਦੀ ਵੀ ਚਾਰ ਦੰਦ ਆ, ਅਕਸਰ ਮੰਡੀਆਂ 'ਚ ਦੇਖਣ ਨੂੰ ਮਿਲਦੇ ਆ। ਜਿਹੜਾ ਜਾਗਿਆਪਾਲ ਵੀਰ ਆਪਾਂ ਨੂੰ ਅੱਜ ਘਰੇ ਆਪਣੇ ਦਿਖਾਉਣ ਦਿਆ, ਥਣਾਂ ਦਾ ਗੈਪ ਤੁਸੀਂ ਪਹਿਲੇ ਸੂਏ ਜਿਹੜਾ ਇਹਦਾ ਦੇਖ ਸਕਦੇ ਜੇ। ਬਹੁਤ ਸੋਹਣਾ ਜਿਹੜਾ ਇਹਦੇ ਥੱਲੇ ਥਣ ਲੱਗਾ ਵਿੱਥੀ ਤੇ ਤੇ ਲਾਈਵ ਮਿਲਕਿੰਗ ਜਿਹੜੀ ਇਹਦੀ ਕਰਕੇ ਤੁਹਾਨੂੰ ਦਿਖਾਉਣੀ ਆ ਅੱਜ ਫੇਰ। ਆ ਦੇਖ ਸਕਦੇ ਆ ਹੁਣ ਵੀਰ ਤੋਂ ਇਹਦੀ ਡਿਟੇਲ ਜਿਹੜੀ ਆਪਾਂ ਪੁੱਛਦੇ ਹਾਂ। ਰੰਗ ਰੂਪ ਇੱਕ ਵਾਰੀ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਦਿਖਾ ਦਈਏ, ਕਿਉਂਕਿ ਹਨੇਰਾ ਜਿਹੜਾ ਹੋਈ ਜਾਂਦਿਆ ਵਾ, ਬਾਅਦ 'ਚ ਜਿਹੜੀ ਗਾਂ ਹੋ ਸਕਦਾ ਚੰਗੀ ਤਰ੍ਹਾਂ ਵਿਖੇ ਨਾ, ਇਸ ਕਰਕੇ ਪਹਿਲਾਂ ਤੁਹਾਨੂੰ ਤੋਰ ਕੇ ਵੀ ਦਿਖਾਈ ਆ। ਹਵਾਨਾ ਇਹਦਾ ਜਿਹੜਾ ਦੇਖਣ ਵਾਲਾ ਲੱਗਾ। ਆਹੋ ਹੁਣ ਵੀਰ ਤੋਂ ਇਹਦੀ ਜਿਹੜੀ ਡਿਟੇਲ ਆਪਾਂ ਪੁੱਛਦੇ ਹਾਂ, ਬਾਕੀ ਲਾਈਵ ਮਿਲਕਿੰਗ ਜਿਹੜੀ ਵੀਰ ਨੇ ਆਪਾਂ ਨੂੰ ਕਰਾ ਦੇਣੀ ਆ, ਚੋ ਕੇ ਦਿਖਾਉਣੀ ਆ। ਪਹਿਲਾ ਸੂਆ ਜਿਹੜਾ ਵੈਡ ਇਹ ਸੂਈ ਆ ਅਤੇ ਕੱਦ ਕੱਠ ਦੋਸਤੋ ਜਿਹੜਾ ਇਹਦਾ ਬੜਾ ਉੱਚਾ ਹੈ। ਵੀਰ ਕਹਿੰਦਾ ਹੈ ਕਿ ਇਹੋ ਜਿਹੀ ਵੈਡ ਪਹਿਲੀ ਵਾਰੀ ਉਹਨਾਂ ਦੇ ਕੋਲ ਆਈ ਆ। ਹਾਂਜੀ ਵੀਰ ਜੀ ਦੱਸੀਏ ਫਿਰ ਇਹਦੀ ਡਿਟੇਲ, ਕਿ ਹਲੇ ਵੀ ਨਹੀਂ ਦੱਸਣੀ? ਨਹੀਂ ਹੁਣ ਤੇ ਦੱਸਣੀ ਹੈ ਮਾਰੀ। ਅੱਛਾ ਅੱਛਾ ਠੀਕ ਹੈ ਜੀ। ਤੇ ਸੂਆ ਫਿਰ ਇਹ ਤਾਂ ਪਹਿਲਾਂ ਹੀ ਆ ਗਿਆ? ਹਾਂਜੀ ਹਾਂਜੀ ਪਿਓਰ ਪਹਿਲਾ ਸੂਆ ਜੀ। ਤੇ ਦੰਦ ਵੀ ਤੁਸੀਂ ਚੈੱਕ ਕਰਾ ਤੇ? ਚਾਰ ਜੀ। ਠੀਕ ਆ। ਤੇ ਅੱਜ ਲਾਈਵ ਮਿਲਕਿੰਗ ਕਰਾਉਣੀ ਫਿਰ? ਹਾਂਜੀ ਹਾਂਜੀ ਕਰਾਉਣੀ ਜੀ, ਕਰਾਉਣੀ ਆ। ਤੇ ਕਿੰਨਾ ਕੁ ਦੁੱਧ ਜਿਹੜਾ ਇਹ ਕੱਢੂਗੀ? ਦੁੱਧ ਹੁਣ ਮੌਕੇ ਤੇ ਅੱਜ ਚੌਥਾ ਦਿਨ ਹੋ ਗਿਆ ਇਹ ਸੂਈ ਨੂੰ ਵਛੀ ਮਗਰ। ਅੱਛਾ ਮਗਰ ਵਛੀ। ਤੇ 18 ਕਿਲੋਆਂ ਤੋਂ ਪਲੱਸ ਮਤਲਬ ਬੜਾ ਇਹਦੇ ਕੋਲ ਤਿਆਰ ਜੀ। ਅੱਛਾ 18 ਕਿਲੋ ਤੋਂ ਪਲੱਸ ਜੇ 4 ਦਿਨ ਦੀ ਸੂਈ ਆ? ਹਾਂਜੀ 4 ਦਿਨ ਦੀ ਸੂਈ ਤੇ ਬਾਹਰ ਹੋਊਗਾ 18 ਤੋਂ। ਹਾਂਜੀ। ਤੇ ਦੁੱਧ ਕਿੰਨਾ ਕੇ ਕਰ ਜੂਗੀ? ਦੁੱਧ ਭਾਜੀ ਇਹ 25-26 ਕਿਲੋ ਦੇਊਗੀ ਆਰਾਮ ਨਾਲ। 25-26 ਲੀਟਰ ਪਹਿਲੇ ਸੂਏ? ਹਾਂਜੀ ਹਾਂਜੀ। ਠੀਕ ਆ। ਤੇ ਵੱਛੀ ਜਿਹੜੀ ਇੱਕ ਰੀ ਇਹਦੀ ਵਿਖਾ ਦਈਏ ਫਿਰ? ਵਿਖਾ ਦਿਓ ਵਿਖਾ ਦਿਓ। ਨਾੜੂ ਨੂੜੂ ਵਿਖਾ ਦੇ ਚੰਗੀ ਤਰ੍ਹਾਂ। ਆਹ ਦੋਸਤੋ ਇਹਦੀ ਜਿਹੜੀ ਵੱਛੀ ਆ ਗਈ ਆ, ਆਹ ਨਾੜੂ ਵੀ ਤੁਸੀਂ ਨਾਲ ਦੇਖ ਸਕਦੇ ਜੇ। ਵੱਛੀ ਵੀ ਸੋਹਣੀ ਆ, ਟੀਗਾ ਥੋੜਾ ਜਿਹਾ ਕ੍ਰੋਸ ਕਹਿੰਦੇ ਭਰਾ, ਕ੍ਰੋਸ ਜਿਹੜੀ ਵੱਛੀ ਆ, ਕ੍ਰੋਸ ਵੀ ਜਿਹੜੀ ਬਰੀਡ ਚੰਗੀ ਸਾਂਭਣ ਵਾਲੀ ਹੁੰਦੀ ਆ, ਬਾਕੀ ਵਧੀਆ ਵੱਛੀ ਸੋਹਣੀ ਆ। ਤੇ ਵੀਰ ਜੀ ਫਿਰ ਕਰਾਉਣੀ ਅੱਜ ਫਿਰ ਲਾਈਵ ਮਿਲਕਿੰਗ? ਹਾਂਜੀ ਹਾਂਜੀ ਲਾਈਵ ਮਿਲਕਿੰਗ ਤੇ ਕਰਾਉਣੀ, ਤੁਸੀਂ ਥੋੜਾ ਜਿਹਾ ਘੰਟਾ ਕੁ ਲੇਟ ਆਏ ਜੇ ਇਹ। ਹਾਂਜੀ ਵੀਰ ਭਰਾ ਕੋਈ ਦੁੱਧ ਪਾਈਆ ਖੰਡ ਆਪਣਾ ਵਧਣਾ ਵਾ ਅੱਧਾ ਕਿਲੋ। ਹਾਂਜੀ ਉਹ ਟਾਈਮ ਦਾ ਘੰਟੇ ਦਾ ਫਰਕ ਹੈਗਾ ਜੀ। ਅੱਛਾ ਠੀਕ ਹੈ, ਮਤਲਬ ਇੱਕ ਘੰਟਾ ਚਵਾਈ ਜਿਹੜੀ ਲੇਟ ਹੋਣ ਲੱਗੀ ਆ। ਲੇਟ ਹੋਣ ਲੱਗੀ ਆ। ਉਤਰਾ ਕੀ ਟਾਈਮ ਆਪਣਾ ਚਵਾਈ ਦਾ? ਚਵਾਈ ਦਾ ਆਪਣਾ ਵਹਿ ਸਵੇਰੇ ਚੋਈ ਆਪਾਂ 5:20 ਤੇ। ਅੱਛਾ ਹਾਂ ਤੇ ਹੁਣ ਲਾ ਲਓ ਮੈਂ ਤੁਹਾਨੂੰ ਟਾਈਮ ਵਿਖਾ ਹੀ ਦਿੰਦਾ ਵਿੱਚ। ਹਾਂਜੀ ਹੁਣ ਆਹ ਵੇਖ ਲਓ ਜੀ 6:29 ਹੋ ਗਏ ਆ। ਆਹ ਦੇਖ ਸਕਦੇ ਦੋਸਤੋ 18:29 ਜਿਹੜੇ ਹੋਏ, ਮਤਲਬ ਕਿ 6:29 ਜਿਹੜੇ ਹੋ ਗਏ ਆ। ਹਾਂਜੀ ਹਾਂਜੀ।
ਤੇ ਕਰੀਏ ਫਿਰ ਵੀਰ ਜੀ ਦੀ ਲਾਈਵ ਚਵਾਈ ਸ਼ੁਰੂ। ਹਾਂਜੀ 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 ਕਰੀਏ ਕਰੀਏ। ਠੀਕ ਹੈ ਜੀ, ਫਿਰ ਜਦੋਂ ਲਾਈਵ ਚਵਾਈ ਆਪਾਂ ਕਰਾਤੀ ਤੇ ਸਾਰੀ ਡਿਟੇਲ ਆਪਾਂ ਜਿਹੜੀ ਬਾਕੀ ਨਾਲ ਨਾਲ ਦੱਸੀ ਜਾਣੀ। ਇੱਕ ਵਾਰੀ ਦੋਸਤੋ ਜਿਹੜਾ ਹਵਾਨਾ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਈਏ। ਪ੍ਰਿੰਟ ਬੜਾ ਸੋਹਣਾ, ਲਿਸ਼ਕ ਦੀ ਗਾਂ ਪੂਰੀ ਲਿਸ਼ਕ ਵੀ। ਆ ਦੇਖੋ ਵੀਰ ਜਿਹੜਾ ਚੁੱਕ ਕੇ ਲਿਆਇਆ, ਵੀਰ ਕਹਿੰਦਾ ਅਜੇ ਤੁਰਦੀ ਵੀ ਨਹੀਂ ਆ ਸਹੀ ਤਰ੍ਹਾਂ, ਬੱਚੇ ਦਾ ਵੀ ਸੋਹਣਾ ਕਰਦੀ ਆ। ਬਾਕੀ ਰੰਗ ਰੂਪ ਜਿਹੜਾ ਵੈੜ ਦਾ ਬੜਾ ਸੋਹਣਾ, ਪਹਿਲੇ ਸੂਬੇ ਵੀਰ ਵੈੜ ਲਿਆਇਆ। ਬਾਕੀ ਆਹ ਦੇਖ ਸਕਦੇ ਰੰਗ ਰੂਪ, ਲਿਸ਼ਕ ਪੂਰੀ ਆ, ਬਰੀਡ ਦੀ ਆ, ਨਸਲ ਜਾਤ ਦੀ ਜਿਹੜੀ ਇਹ ਵੱਛੀ ਆ। ਜਦੋਂ ਹੁਣ ਚਵਾਈ ਹੋਣੀ ਸ਼ੁਰੂ ਹੋਊਗੀ ਉਦੋਂ ਤੁਹਾਨੂੰ ਵੀਡੀਓ ਫਿਰ ਦਿਖਾਵਾਂਗੇ। ਆਹ ਬੱਚੀ ਦੇਖ ਸਕਦੇ, ਬੱਚਾ ਥੱਲੇ ਲਾਇਆ, ਗਾਂ ਰਮਾਨ ਨਾਲ ਖਲੋਤੀ ਆ। ਆਹ ਦੋਸਤੋ ਥਣਾਂ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਦੇਖ ਸਕਦੇ ਜੀ, ਪਸੰਦ ਕੇ ਜਿਹੜਾ ਇਹਨੇ ਸੋਹਣਾ ਥਣ ਤਿਆਰ ਕੀਤਾ। ਆਹ ਦੇਖ ਸਕਦੇ ਬਹੁਤ ਸੋਹਣਾ ਜਿਹੜਾ ਥਣ ਇਹਨੇ ਪਸੰਦ ਕੇ ਤਿਆਰ ਕੀਤਾ। ਆਹ ਵੇਖੋ ਜਿਹੜੀ ਗਾਲੀ ਰਮਾਨ ਨਾਲ ਕਰਨ ਦੀ ਆ, ਚਵਾਈ ਸ਼ੁਰੂ ਜਿਹੜੀ ਹੁਣ ਕਰਨ ਲੱਗੇ। ਇੱਕ ਵਾਰੀ ਵੀਰ ਜੀ ਖਾਲੀ ਬਾਲਟੀ ਇੱਕ ਵਾਰੀ ਚੈੱਕ ਕਰਾ ਦਿਓ। ਆਹ ਦੇਖ ਸਕਦੇ ਹਾਂਜੀ 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 ਕਰ ਦਿਓ ਸ਼ੁਰੂ ਜੀ। ਆਹ ਦੇਖ ਸਕਦੇ ਦੋਸਤੋ ਪਹਿਲਾ ਸੂਆ ਬੈਠਿਆ ਅਤੇ ਕੋਈ ਵੰਗਾ ਨਹੀਂ ਪਾਇਆ, ਕੋਈ ਜੂੜ ਨਹੀਂ ਪਾਇਆ। ਰਮਾਨ ਨਾਲ ਜਿਹੜੀ ਵੈੜ ਗਾਲੀ ਕਰਨ ਦੀ ਆ ਅਤੇ ਵੀਰ ਨੇ ਚਵਾਈ ਜਿਹੜੀ ਕਰਨੀ ਸ਼ੁਰੂ ਕਰਤੀ ਆ। ਅੱਜ ਥੋੜ੍ਹਾ ਜਿਹਾ ਹਨੇਰਾ ਜਿਹੜਾ ਸਾਨੂੰ ਹੋ ਗਿਆ ਅਤੇ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਜਿਹੜਾ ਆਪਣਾ ਲਾ ਲਿਓ। ਬਾਕੀ ਜਿਹੜੀ ਵੈੜ ਬੜੇ ਸੋਹਣੇ ਰੰਗ ਰੂਪ ਦੀ ਆ, ਪਿੱਛੋਂ ਵੀ ਤੁਸੀਂ ਦੇਖ ਸਕਦੇ ਜੇ ਬਿਲਕੁਲ ਜਿਹੜੀ ਨਸਲ ਜਾਤ ਵਾਲੀ ਵੈੜ। ਚਵਾਈ ਇੱਕ ਵਾਰੀ ਜਿਹੜੀ ਵੀਰ ਦੀ ਤੁਹਾਨੂੰ ਦਿਖਾ ਦਈਏ, ਕੋਈ ਭੂਰ ਛਿੱਟਾ ਨਹੀਂ, ਕੋਈ ਕੁਝ ਨਹੀਂ, ਖਲੋਤੀ ਥੋੜ੍ਹੀ ਜੀ ਗਲਤ ਜਿਹੀ ਜਗ੍ਹਾ 'ਤੇ ਆ, ਦੇਖ ਸਕਦੇ ਤੁਸੀਂ ਬਿਲਕੁਲ ਕੰਢੇ 'ਤੇ ਜਿਹੜਾ ਖਲੋਤੀ। ਹਾਂਜੀ ਹਾਂਜੀ ਖਲੋਤੀ ਪੂਰਾ ਬਰਾਬਰ ਨਹੀਂ ਆ, ਪਿੱਛੇ ਜਗ੍ਹਾ ਉੱਚੀ ਨੀਵੀਂ ਦਾ ਹੋਣ ਕਰਕੇ। ਬਾਕੀ ਜਿਹੜਾ ਰੰਗ ਰੂਪ ਵੈੜ ਦਾ ਬੜਾ ਸੋਹਣਾ। ਦੇਖ ਸਕਦੇ ਚਵਾਈ ਤੋਂ ਠੀਕ ਹੈ ਜੀ, ਠੀਕ ਹੈ ਜੀ। ਹਵਾਨੇ ਦੀ ਕੁਆਲਿਟੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ, ਚੋਣ ਤੋਂ ਬਾਅਦ ਵੇਖਦੇ ਹਾਂ ਕਿੰਨਾ ਕੁ ਜਿਹੜਾ ਇਹ ਨੁੱਚੜਦੀ ਆ, ਨਿੰਬੂ ਵਾਂਗੂ ਨੁੱਚੜੂਗੀ। ਠੀਕ ਹੈ ਜੀ, ਵੀਰ ਜੀ ਜਿਹੜੀ ਆਪਾਂ ਅੱਜ ਵੱਡੀ ਵੈੜ ਇਹ ਲਿਆਂਦੀ, ਇਹਦਾ ਲਿਆਉਣ ਦਾ ਕਾਰਨ ਕੀ ਆ ਜੀ? ਲਿਆਉਣ ਦਾ ਕਾਰਨ ਪਤਾ ਕੀ ਜੇ? ਹਾਂਜੀ, ਬੜੇ ਆ ਵੀਰਾਂ ਭਰਾਵਾਂ ਦੇ ਫੋਨ ਆਏ ਵੀ ਸਾਨੂੰ ਪਿਓਰ ਚਾਹੀਦੀ ਐ, ਐਚਐਫ ਲਿਆ ਕੇ ਦੋ, ਪਿਓਰ ਲਿਆ ਕੇ ਦੋ। ਠੀਕ ਆ, ਤੇ ਫਿਰ ਮੈਂ ਬੜਾ ਲੱਭਿਆ ਮਤਲਬ। ਹਾਂਜੀ, ਬੜਿਆਂ ਬੰਦਿਆਂ ਬੁੱਦਿਆਂ ਨੂੰ ਆਖਿਆ ਜਿਹੜੇ ਆਪਣੇ ਦਲਾਲ ਸੀ। ਹਾਂਜੀ ਹਾਂਜੀ, ਉਹਨਾਂ ਫਿਰ ਨਗੀਨਾ ਇਹ ਲੱਭ ਹੀ ਲਿਆ। ਅੱਛਾ ਅੱਛਾ, ਠੀਕ ਆ। ਕਿੰਨੇ ਕੁ ਦਿਨ ਲੱਗ ਗਏ ਇਹਨੂੰ ਲੱਭਣ ਤੇ? ਲੱਭਣ ਤੇ ਤੁਹਾਡੇ ਸਾਹਮਣੇ ਹੁਣ ਕਿੰਨੀ ਤਰੀਕ ਦੀ ਵੀਡੀਓ ਪਾਈ ਆ। ਹਾਂਜੀ ਹਾਂਜੀ, ਨਗੀਨਾ ਲੱਭਣ ਤੇ ਜਿਹੜੇ ਦਿਨ ਲੱਗ ਗਏ ਆ। ਬਾਕੀ ਵੈੜ ਤੁਸੀਂ ਦੇਖ ਸਕਦੇ ਬਿਲਕੁਲ ਪੈਰ ਵੀ ਨਹੀਂ ਪੁੱਟਿਆ ਉਹਨੇ ਵੈੜ ਨੇ। ਰੰਗ ਰੂਪ ਤੁਸੀਂ ਦੇਖ ਸਕਦੇ ਜੀ, ਪੂਰੀ ਕਾਲੀ ਚਿੱਟੀ ਪਿਓਰ ਜਿਹੜੀ ਵੈੜ ਆ, ਮਾਸਾ ਵੀ ਨਹੀਂ ਹਿਲਦੀ ਗਾਲੀ ਕਰਨ ਦੀ ਜਿਹੜੀ ਰਮਾਨ ਦੇ ਨਾਲ। ਵੀਡੀਓ ਬਣਾਉਣ 'ਚ ਦੋਸਤੋ ਥੋੜ੍ਹਾ ਜਿਹਾ ਹਨੇਰਾ ਹੋ ਗਿਆ, 6:30 ਵਜੇ ਜਿਹੜੀ ਇਹ ਵੀਡੀਓ ਬਣਨ ਦੀ ਹੈ।
चलो अपने ठीक है। अज गां जिहड़ी थोड़ी कंडे ते खलो गई आ थां ते उतना इट्टां वाला जिहड़ा थां ज्यादा सही रहिंदा पशु वास्ते तिलकदा नहीं पशु इहदे तों। पिछले थना की चवाई होगी पूरी जी। हाँ जी, हाँ देख सारे दोस्तों जेडे पिछले थना का दुध पौनी बाल्टी जेड़ा इन्हें किया हूँ अगले थना चो चवाई जी शुरू हो गई है। अगले थना की चवाई भी जी एक तुम दिखा दी है। हाँ देख सकते जी चवाई अगले थना की भी बड़ी सोहनी है। देख सकते बाल्टी दोस्तों जी पूरी भरज लगी है। चार दिन अजे जे सूई न हो तो तुम देख सकते जी अजे बोला ही आजी छब्बी लीटर पी छब्बी लीटर कर जोगी दुद्ध। हाँ जी हाँ जी बाल्टी भी खाली विखा दे एक जी। हाँ देख सकते जी। हाँ जी हाँ जी ठीक है जी। हाँ जी थोड़ी जी गां नूं खिलाउण च दिक्कत आउंदी है। हाँ जी हाँ जी हाँ देख सकते बिल्कुल जिहड़ी कंडियां ते पिछे जिहड़ी जगह वक्री हो जाती है पैर इदा उहदा पूरा नहीं सही तरह आउंदा। गां का दोस्तों रंग रूप जिहड़ा बड़ा सोहना है रंग रूप भी सोहना है तो चवा भी सोहना है तो दुध भी सोहना है तुहानूं वेखो रेट इहदा वीर की करूगा। उम्मीद दा रेट भी सोहना ही होगा अज तकर ते वीर दे सारे रेट जिहड़े सोहने ही होए। धुंद जिहड़ी पैनी शुरू हो गई है। हाँ देख सकते वीडियो गाड़ी भी जिहड़ी धुंद आउंदी है मौसम है जी जिहड़ा बड़ा ठंडा चलन दिया है धुंद पूरी डिगन दी है। गां जिथे एक करी खलोगी गां नूं दिक्कत भी होंदी खलोण च पर गां फिर भी नहीं जड़ी पैड हिली मूँह की जड़ी चार दंद तुहानूं चैक कराती है तो सूआ इहदा पहला आ गया।
ਬਾਲਟੀਆਂ ਵੀ ਇੱਥੇ ਰਹਿੰਦੇ ਹਾਂ ਜੀ ਦੇ ਸਕਦੇ ਹਵਾਨਾ ਤੁਸੀਂ ਇਹਦਾ ਪੂਰਾ ਜਿਹੜਾ ਹਵਾਨਾ ਇਹਨੇ ਖਾਲੀ ਕਰਤਾ ਹੈ ਆਪਣਾ ਪੈਰ ਤਿਲਕ ਗਿਆ ਭਾਜੀ ਦਾ ਥੋੜਾ ਜਿਹਾ ਆ ਦੇਖ ਸਕਦੇ ਜੀ ਆਹ ਬਾਲਟੀਆਂ ਜੇ ਚਲੋ ਆਓ ਜੀ ਵੀਰ ਜੀ ਫਿਰ ਮਿੰਤੀ ਕਰੀਏ ਲਓ ਜੀ ਲਓ ਆਹ ਟਾਈਮ ਬੜਾ ਹੋ ਗਿਆ ਮੇਰਾ ਹੁਣ ਗਿਆ ਹਾਂਜੀ 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 ਅੱਜ ਰਾਤ ਤੁਹਾਨੂੰ ਇੱਥੇ ਰੱਖ ਲਾਂਗਾ ਅੱਜ ਹਨੇਰਾ ਪੂਰਾ ਜਿਹੜਾ ਹੋ ਗਿਆ ਆਗਿਆ ਪਾਲ ਵੀਰ ਦੇ ਕੋਲ ਆਪਾਂ ਨੂੰ ਹਾਂ ਦੇਖ ਸਕਦੇ ਮਿੰਤੀ ਜਿਹੜੀ ਹੁਣੇ ਕਰਨੀ ਸ਼ੁਰੂ ਕਰ ਦੇਣੀ ਆਪਾਂ ਕਰੀਏ ਜੀ ਹਾਂਜੀ 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 ਠੀਕ ਹੈ ਜੀ ਇੱਕ ਇੱਧਰ ਕਰ ਲਈਏ ਨਾ ਹਾਂਜੀ ਹਾਂਜੀ ਦੋ ਤਿੰਨ ਕਿਲੋ ਦੋਸਤੋ ਜਿਹੜਾ ਦੁੱਧ ਹੋ ਗਿਆ ਤੇ ਬਾਕੀ ਹੁਣ ਵੀਰ ਕਹਿੰਦੇ ਇਹਦੀ ਵੀ ਜਿਹੜੀ ਝੱਗ ਠੰਡੀ ਕਰ ਲਈਏ ਉਮੀਦ ਹੈ ਦੁੱਧ ਜਿਹੜਾ 10 ਕਿਲੋ ਤੋਂ ਬਾਹਰ ਹੋਊਗਾ ਵੀਰ ਨੇ ਆਪਾਂ ਨੂੰ ਜਿਹੜਾ 18 ਲੀਟਰ ਇਸ ਟਾਈਮ ਜਿਹੜਾ ਜੇ ਇਹਦਾ ਬੋਲਾ ਦੱਸਿਆ ਹੈ ਇੱਕ ਚਾਰ ਕੇ ਤਿੰਨ ਹੋਏ ਹਾਂਜੀ ਤਿੰਨ ਆ ਹਾਂਜੀ ਆ ਚੌਥਾ ਹਾਂਜੀ ਹਾਂਜੀ ਪੰਜ ਛੇ ਤੇ ਸੱਤ ਅੱਠ ਕਿਲੋ ਦੋਸਤੋ ਜਿਹੜਾ ਦੁੱਧ ਹੁਣ ਤੱਕਰ ਮਿੰਤੀ ਹੋ ਚੁੱਕਿਆ ਨੌ ਦਸ ਤੇ ਸਾਢੇ ਦਸ ਲੀਟਰ ਜਿਹੜਾ 10 ਲੀਟਰ ਤੋਂ ਬਾਅਦ ਜਿਹੜਾ ਆਪਾਂ ਨੂੰ ਵੈਡ ਨੇ ਦੁੱਧ ਹੁਣ ਮਿੰਤੀ ਕਰਾਇਆ ਅਤੇ ਵੀਰ ਨੇ ਜਿਹੜਾ ਆਪਾਂ ਨੂੰ 18 ਲੀਟਰ ਦੱਸਿਆ ਅਤੇ ਫਿਰ ਤੁਸੀਂ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ ਹਾਂਜੀ ਵੀਰ ਜੀ ਦੁੱਧ ਫਿਰ ਮਿੰਤੀ ਕਰਾ ਤਾ 10.5 ਲੀਟਰ ਇਹਨੇ ਆਪਾਂ ਪਹਿਲਾਂ ਵੀਰਾਂ ਨੂੰ ਕਿਹਾ ਵੀ ਦੁੱਧ ਭਾਵੇਂ ਅੱਧਾ ਕਿਲੋ ਵਧੇ ਤੇ ਭਾਵੇਂ ਵਧੇ ਕਿਲੋ ਹਾਂਜੀ ਦੋ ਘੰਟੇ ਸਵਾ ਘੰਟੇ ਦਾ ਫਰਕ ਪੈ ਗਿਆ ਟਾਈਮ ਦਾ ਠੀਕ ਹੈ ਬਾਕੀ ਵੈੜ ਉਹ ਵੀ ਕੋਈ ਅੱਧਾ ਅੱਧਾ ਕਿਲੋ ਦੁੱਧ ਡੰਗ ਦਾ ਵਧਣ ਦੀ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਹੁਣ ਇਹਨੇ ਦੁੱਧ ਆਉਣਾ ਵਾ ਗਾਂ ਆਉਣ ਵਾਲੇ ਦਿਨਾਂ 'ਚ ਠੀਕ ਹੈ ਹਾਂਜੀ ਹਾਂਜੀ ਤੇ ਝੜੀ ਝੁੜੀ ਵੀ ਲੱਗੀ ਰਹੀ ਹੈ ਝੜੀਆਂ ਦੇ ਵਿੱਚ ਹੀ ਜਿੱਤ ਦੁੱਧ ਦਿੰਦਾ ਵਾ ਤੇ ਹਾਂਜੀ ਦੁੱਧ 25-26 ਲੀਟਰ ਕਰੂਗੀ ਬੜੇ ਰਮਾਨ ਆਹੋ 24 ਕਿਲੋਆਂ ਦੀ ਆਪਾਂ ਫੁੱਲ ਗਾਰੰਟੀ ਦੇ ਦਾਂਗੇ 2 ਕਿਲੋ ਦੀ ਘਾਟ ਹੀ ਦਿੰਦੇ ਵੀ ਅਗਲਾ ਮਤਲਬ ਵੀ ਠੀਕ ਹੈ ਜੇ ਕਿਤੇ ਵਧੇ ਤੇ ਫੇਰ ਹੀ ਕਰਦਾ ਠੀਕ ਹੈ ਹਾਂਜੀ ਹਾਂਜੀ ਬਾਕੀ ਵੀਰ ਜੀ ਲਾਈਵ ਮਿਲਕੀ ਕਰਾਉਂਦਾ ਇਹੀ ਆ ਮਤਲਬ ਵੀ ਅਗਲੇ ਇੱਕ ਤੇ ਵੀਰਾਂ ਦੀ ਤਸੱਲੀ ਹੋ ਜਾਂਦੀ ਆ ਹਾਂਜੀ ਤੇ ਬਾਕੀ ਦੂਜੇ ਨੰਬਰ ਤੇ ਜਿਹਨੇ ਪੈਸੇ ਖਰਚਣੇ ਉਹ 20-25 ਮਿੰਟ ਕੱਢ ਕੇ ਤੇ ਵੀਡੀਓ ਜ਼ਰੂਰ ਸਾਰੀ ਵੇਖਿਆ ਕਰੋ ਹਾਂਜੀ ਠੀਕ ਹੈ ਜੀ ਤੇ ਫੇਰ ਹੀ ਪਤਾ ਲੱਗ ਜਾਏ ਤੁਹਾਨੂੰ ਪਤਾ ਮਤਲਬ ਸਾਰੀਆਂ ਗੱਲਾਂ ਦਾ ਹਾਂਜੀ ਹਾਂਜੀ ਤੇ ਵੀਰ ਜੀ ਇਹ ਤਾਂ ਫਿਰ ਮੁੱਲ ਦੱਸ ਦੀ ਇਹਦਾ ਫਿਰ ਮੁੱਲ ਕਰ ਦਈਏ ਲੱਖ ਕੇ ਲੱਖ ਬੜਾ ਜ਼ਿਆਦਾ ਹੋ ਜਾਣਾ ਜੇ ਲੱਖ ਚ ਮਾਨ ਤਾਨ ਕਰੋਗੇ ਅੱਛਾ 70 ਚ ਵੀ ਕਿੰਨਾ 68,000 ਮੁੱਲ ਕਰਦੇ ਜੇ ਅੱਛਾ 68,000 ਅੱਛਾ ਉਹ ਚ ਵੀ ਜਿਹੜਾ ਤੁਸੀਂ ਮਾਨ ਤਾਨ ਕਰੋਗੇ ਹਾਂਜੀ ਹਾਂਜੀ ਹੋਰ ਵੀਰ ਜੀ ਹੋਰ ਕੁਛ ਕਹਿਣਾ ਚਾਹੋਗੇ ਜੀ ਹੋਰ ਕੁਝ ਇਹੋ ਬਰੀਡ ਚੰਗੀ ਵੈੜ ਚੰਗੀ ਆ
ਠੀਕ ਹੈ ਜੀ ਜਿਹੜਾ ਖੜੂਗਾ ਜਿਆਦਾ ਹੀ ਕਰੂਗਾ ਅਰਕੀ ਲਿਆ ਕੇ ਨਗੀਨਾ ਹੀ ਦਿੱਤਾ ਵਾ ਅੱਛਾ ਅੱਛਾ ਵੇਖ ਲਿਆ ਹੋਣਾ ਵਾ ਤੁਹਾਡੇ ਸਾਹਮਣੇ ਵੀਰਾਂ ਨੇ ਆਪਣੇ ਭੈਣਾ ਭਰਾਵਾਂ ਨੇ ਹਾਂਜੀ ਹਾਂਜੀ ਦੇਖਣੀ ਵੀਡੀਓ ਹਾਂਜੀ ਵੇਖ ਲੈਣਾ ਵਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਜੀ ਬਾਕੀ ਦੂਸਰੇ ਸੂਏ ਨਾ 30 ਪਲੱਸ ਕਰੂਗੀ ਦੁੱਧ ਅੱਛਾ ਹਾਂਜੀ ਠੀਕ ਹੈ ਜੀ ਨਾਲੇ ਹੈ ਯਾਦਕਾਤ ਵਾਲੀ ਜਾਂ ਬਾਕੀ ਠੰਡੀ ਧੀਰੀ ਯਾਰ ਮਾਂ ਨਾਲ ਚੁੰਦਿਆਂ ਤੁਹਾਡੇ ਸਾਹਮਣੇ ਕੰਡੇ ਤੇ ਖਲੋਤੀ ਰਹੀ ਤੇ ਕੰਡੇ ਤੇ ਹੀ ਕਰਮਾਂ ਵਾਲੀ ਸਾਰੀ ਮੱਲੇ ਚਵਾਈ ਕਰਾਈ ਆ ਮੈਂ ਸਗੋਂ ਥੱਕ ਗਿਆ ਪਰ ਗਾਂ ਨਹੀਂ ਥੱਕੀ ਠੀਕ ਹੈ ਜੀ ਹਾਂਜੀ ठीक है वीर जी बहुत बहुत धन्यवाद जी धन्यवाद जी ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਤੁਹਾਡੇ ਦਾ ਜੀ ਵਧੀਆ ਫਾਰਮ YouTube ਚੈਨਲ ਦਾ ਠੀਕ ਹੈ ਜੀ ਠੀਕ ਹੈ ਜੀ ਚੰਗਾ ਚੰਗਾ ਜੀ।